ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਬਹੁਤ ਹੀ ਵੱਡੀ ਅਪਡੇਟ ਇਕਾਈਆ ਅਧੀਨ ਸੇਵਾਮਾਂ ਚੋਣ ਬੋਰਡ ਜਾਨੇ ਕਿ ਪੀ ਟ੍ਰਿਪਲ ਐਸ ਬੀ ਵੱਲੋਂ ਜਿਹੜੀਆਂ ਕਿ ਪੀ ਟ੍ਰਿਪਲ ਐਸ ਬੀ ਵੱਲੋਂ ਪੈਂਡਿੰਗ ਭਰਤੀਆਂ ਸੀ ਤੇ ਉਹਦਾ ਪ੍ਰੋਸੈਸ ਇਨੀਸ਼ੀਏਟ ਹੋ ਚੁੱਕਿਆ ਠੀਕ ਆ ਸਟਾਰਟ ਹੋ ਚੁੱਕਿਆ ਪ੍ਰੋਸੈਸ ਤੇ ਇਹਦੇ ਸੰਬੰਧੀ ਜਿਹੜੀ ਪਟਵਾਰੀ ਦੀ ਭਰਤੀ ਸੀ ਸਭ ਤੋਂ ਪਹਿਲਾਂ ਇਸ਼ਤਿਹਾਰ ਚੱਕਿਆ ਉਹਨਾਂ ਨੇ ਇਸ਼ਤਿਹਾਰ ਨੰਬਰ 1/2021 ਪਟਵਾਰੀ ਦੀਆਂ 111152 ਪੋਸਟਾਂ ਸੀਗੀਆਂ ਉਹਦੀ ਕਾਉਂਸਲਿੰਗ ਵੈਸੇ ਤਾਂ ਪਹਿਲਾਂ ਹੋ ਚੁੱਕੀ ਸੀ ਬਟ ਜਿਹੜੇ ਐਬਸੈਂਟ ਕੈਂਡੀਡੇਟਸ ਨੇ ਉਹ ਹੁਣ ਕਾਉਂਸਲਿੰਗ ਦੇ ਹਾਜ਼ਰ ਹੋ ਸਕਦੇ ਨੇ ਜਿਹੜੇ ਪਹਿਲਾਂ ਕਿਸੇ ਨਾ ਕਿਸੇ ਕਾਰਨ ਕਰਕੇ ਕਾਉਂਸਲਿੰਗ ਤੇ ਹਾਜ਼ਰ ਨਹੀਂ ਹੋ ਸਕੇ ਸੀ ਤਾਂ ਉਹਨਾਂ ਨੂੰ ਇੱਕ ਆਖਰੀ ਮੌਕਾ ਦਿੱਤਾ ਜਾਂਦਾ ਹੈ 1 April 2022 ਨੂੰ ਕਾਉਂਸਲਿੰਗ ਲਈ ਤੁਸੀਂ ਜਾ ਸਕਦੇ ਹੋ ਜਿਹੜੇ ਐਬਸੈਂਸੀ ਜਾਂ ਕਿਸੇ ਨਾ ਕਿਸੇ ਕਾਰਨ ਕਰਕੇ ਨਹੀਂ ਜਾ ਸਕੇ ਤੁਹਾਡਾ ਕੋਈ ਐਗਜ਼ਾਮ ਸੀਗਾ ਜਾਂ ਕੁਝ ਹੋਰ ਸੀਗਾ ਤਾ ਤੁਸੀਂ ਪਹੁੰਚਣਾ ਕਿੱਥੇ ਆ ਵਣ ਭਵਨ ਸੈਕਟਰ 68 ਐਸ ਐਸ ਨਗਰ ਮੁਹਾਲੀ ਵਿਖੇ ਪਹੁੰਚਣਾ ਤੇ ਅੱਜ ਦਾ ਇਹ ਪਬਲਿਕ ਨੋਟਿਸ ਆਇਆ ਜੀ ਇਹਨਾਂ ਦੀ ਵੈਬਸਾਈਟ ਤੇ 25/3/2022 ਦਾ ਇਹ ਨੋਟਿਸ ਹੈ ਤੇ ਬਹੁਤ ਹੀ ਅੱਛੀ ਗੱਲ ਹੈ ਕਿ ਪ੍ਰੋਸੈਸ ਜਿਹੜਾ ਸਟਾਰਟ ਹੋ ਚੁੱਕਿਆ ਜਿਹੜੀਆਂ ਪੈਂਡਿੰਗ ਪੋਸਟਾਂ ਸੀਗੀਆਂ ਕਿਉਂਕਿ ਕਿਤੇ ਨਾ ਕਿਤੇ ਕੈਂਡੀਡੇਟਸ ਦੇ ਮਨ ਦੇ ਵਿੱਚ ਬਹੁਤ ਡਾਊਟ ਸੀਗੇ ਇਹਨਾਂ ਭਰਤੀਆਂ ਨੂੰ ਲੈ ਕੇ ਵੀ ਜਿਹੜੀਆਂ ਪੈਂਡਿੰਗ ਇਹਨਾਂ ਨੂੰ ਸਰਕਾਰ ਪੂਰਾ ਕਰੇਗੀ ਜਾਂ ਨਹੀਂ ਕਰੇਗੀ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਕੋਈ ਵੀ ਸਰਕਾਰ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੀ ਹੁੰਦੀ ਕੈਂਡੀਡੇਟਸ ਦਾ ਤਾਂ ਬਹੁਤ ਹੀ ਅੱਛੀ ਗੱਲ ਹੈ ਕਿ ਨਵੀਂ ਸਰਕਾਰ ਨੇ ਤੁਹਾਡਾ ਜਿਹੜਾ ਪ੍ਰੋਸੈਸ ਸਟਾਰਟ ਕੀਤਾ ਹੈ ਭਰਤੀਆਂ ਨੂੰ ਲੈ ਕੇ ਤੇ ਬਹੁਤ-ਬਹੁਤ ਮੁਬਾਰਕਾਂ ਜਿਹੜੇ ਕੈਂਡੀਡੇਟ ਪਟਵਾਰੀ ਭਰਤੀ ਹੋਣ ਜਾ ਰਹੇ ਆ ਕਿਉਂਕਿ ਜੇ ਤੁਸੀਂ ਪਹਿਲਾਂ ਇਹ ਕੈਂਡੀਡੇਟ ਪਟਵਾਰੀ ਭਰਤੀ ਹੋਵੋਗੇ ਤਾਂ ਹੋਰ ਜਿਹੜੀਆਂ ਬਾਕੀ ਦੀਆਂ ਜੁਆਇਨਿੰਗਸ ਨੇ ਉਹਦੇ ਤੇ ਬਹੁਤ ਇਫੈਕਟ ਪਏਗਾ ਕਿਉਂਕਿ ਜਿਹੜੇ ਜਿਨ੍ਹਾਂ ਨੇ ਪਟਵਾਰੀ ਚ ਜਾਣਾ ਹੈ ਤਾਂ ਉਹ ਜੇ ਮੰਨ ਲਓ ਉਹਦਾ ਕੌਨਸਟੇਬਲ ਚ ਆਇਆ ਹੋਇਆ ਨੰਬਰ ਤਾਂ ਉਹਨਾਂ ਨੇ ਕਨਸਟੇਬਲ ਛੱਡ ਕੇ ਪਟਵਾਰੀ ਵਾਲ ਹੀ ਜਾਣਾ ਤਾਂ ਕਨਸਟੇਬਲ ਵਾਲਿਆਂ ਦਾ ਹੋਰ ਜਿਹੜਾ ਅੱਗੇ ਪਿੱਛੇ ਨੰਬਰ ਹੋ ਸਕਦੇ ਨੇ ਤਾਂ ਬਹੁਤ ਹੀ ਅੱਛੀ ਗੱਲ ਹੈ ਤੇ ਬਹੁਤ-ਬਹੁਤ ਮੁਬਾਰਕਾਂ ਫੇਰ ਤੋਂ ਜਿਹੜੇ 1152 ਪਟਵਾਰੀ ਸਿਲੈਕਟਿਡ ਕੈਂਡੀਡੇਟਸ ਨੇ ਤੇ ਬਾਕੀ ਦੀ ਅਪਡੇਟ ਸੀ ਸਾਡੇ ਨਾਲ ਬਨੇ ਰਹੋ ਜੁੜੇ ਰਹੋ ਟੈਲੀਗ੍ਰam ਚੈਨਲ ਜ਼ਰੂਰ ਜੁਆਇਨ ਕਰ ਲਓ ਲਿੰਕ ਡਿਸਕ੍ਰਿਪਸ਼ਨ ਚ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ ਸਾਸਿਕਾ